ਤੁਹਾਨੂੰ ਗੱਡੀ ਦੀ ਹਾਲਤ ਚੈੱਕ ਕਰਾ ਦੇਵਾਂ। ਇਸ ਵਾਰੀ ਡਾਇਮੰਡ ਵਾਸ਼ ਕਰਾਉਣੀ ਹੈ, ਉਹ 55 ਦਰਮ ਦੀ ਹੈ। ਪਹਿਲੇ ਮੈਂ ਕਰਵਾਉਂਦਾ ਸੀ 45 ਦਰਮ, ਇਨ ਐਂਡ ਆਊਟ, ਇਨਰ ਬਾਡੀ ਅਤੇ ਆਊਟਰ ਬਾਡੀ ਦੀ। ਹੁਣ ਚੈੱਕ ਕਰਦੇ ਹਾਂ ਇਸ ਵਾਰੀ ਕੀ ਡਿਫਰੈਂਸ ਮਿਲਦਾ। ਹਾਂ, ਥੈਂਕ ਯੂ ਸੋ ਮਚ। ਇਹ ਲਿਖਿਆ ਹੈ ਜਨਾਬ ਜੀ, ਡਾਇਮੰਡ 55 ਅਤੇ ਵੈਕਿਊਮ ਐਂਡ ਵਾਸ਼ 45 ਅਤੇ ਬੋਡੀ ਵਾਸ਼ 35। ਹਾਂਜੀ ਸਰਕਾਰ, ਤੁਹਾਨੂੰ ਓਕੇ ਦਾ ਸਿਗਨਲ ਮਿਲਣਾ ਅਤੇ ਤੁਹਾਡੀ ਗੱਡੀ ਇੱਕ ਪੂਰੀ ਟਨਲ ਦੇ ਵਿੱਚ ਚਲੀ ਜਾਣੀ ਹੈ, ਸਿਗਨਲ ਗ੍ਰੀਨ ਹੋ ਜਾਏਗਾ, ਤੁਸੀਂ ਜਨਾਬ ਅੱਗੇ ਤੁਰ ਪੈਣਾ। ਅਤੇ ਬੇਸਿਕ ਐਂਡ ਇੰਸਟਰਕਸ਼ਨ ਦੋ ਹੈਗੀਆਂ ਨੇ, ਇੱਕ ਤਾਂ ਤੁਸੀਂ ਗੱਡੀ ਹੈਂਡ ਬ੍ਰੇਕ 'ਚ ਨਹੀਂ ਲਾਉਣੀ ਅਤੇ ਗੱਡੀ ਤੁਸੀਂ ਪਾਰਕਿੰਗ 'ਤੇ ਲਾ ਦੇਣੀ ਹੈ। ਅਤੇ ਜਨਾਬ ਇਹ ਦੀ ਪੋਜੀਸ਼ਨ ਹੋਏਗੀ ਤੁਹਾਡੀ, ਹੈਂਡ ਬ੍ਰੇਕ ਨਹੀਂ ਅਤੇ ਗੱਡੀ ਪਾਰਕਿੰਗ 'ਚ। ਇਹ ਪਹਿਲਾ ਕੋਟ ਹੈਗਾ ਜਨਾਬ, ਇਹ ਸਰਫ ਵੱਜ ਰਹੀ ਹੈ ਅਤੇ ਟਾਈਮ ਹੋ ਗਿਆ ਜਨਾਬ ਚੈੱਕ ਕਰ, ਤੁਸੀਂ 3:05। ਅਤੇ ਹੁਣ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਟਾਈਮ ਤੋਂ ਬਾਅਦ ਜਨਾਬ ਗੱਡੀ ਜਿਹੜੀ ਜਨਾਬ ਬਾਹਰ ਨਿਕਲਦੀ ਹੈ। ਤੁਸੀਂ ਜਨਾਬ ਚੈੱਕ ਕਰੋ, ਚੈੱਕ ਕਰ ਰਹੇ ਜਨਾਬ ਗੱਡੀ ਚੱਲ ਰਹੀ ਆਟੋਮੈਟਿਕਲੀ। ਇਹ ਜਨਾਬ ਦੂਸਰੇ ਸੈਕਸ਼ਨ ਦੇ ਵਿੱਚ ਜਾ ਕੇ ਪਾਣੀ ਵੱਜਣ ਤੋਂ ਬਾਅਦ ਕੱਪੜਾ ਛੱਪੜਾ ਮਾਰਨ ਲੱਗ ਗਏ ਨੇ, ਰੂਲੇ ਜਿਹੇ ਆ ਗਏ ਨੇ ਆਟੋਮੈਟਿਕਲੀ। ਅਤੇ ਬਿਲਕੁਲ ਜਨਾਬ ਠੀਕ ਤੁਹਾਡੇ ਅੱਗੇ ਆ, ਵੇਖੋ ਸੱਜੇ ਖੱਬੇ ਉੱਪਰ ਹਰ ਜਗ੍ਹਾ ਦੇ ਉੱਤੋਂ ਜਨਾਬ ਉਹ ਆਟੋਮੈਟਿਕਲੀ ਜਿਹੜਾ ਨਾ ਮਿੱਟੀ ਡਸਟ ਜੋ ਵੀ ਉਹ ਕੱਢ ਰਹੇ ਨੇ। ਫਿਰ ਜਨਾਬ ਪਾਣੀ ਵੱਜਣ ਤੋਂ ਬਾਅਦ ਅੱਗੇ ਫਿਰ ਇੱਕ ਰੂਲਾ ਆ ਗਿਆ, ਇਹ ਰੂਲਾ ਜਨਾਬ ਘੁੰਮੇਗਾ, ਪੂਰੀ ਬਾਡੀ ਉਹਨੇ ਕਰ ਦਿੱਤੀ ਹੈ। ਇਹ ਫਿਰ ਜਨਾਬ ਸਾਦਾ ਪਾਣੀ ਵੱਜਿਆ, ਸਾਦਾ ਪਾਣੀ ਇਹ ਹਾਈ ਪ੍ਰੈਸ਼ਰ ਦੇ ਨਾਲ ਵੱਜਿਆ ਤਾਂ ਕਿ ਕੋਈ ਮਿੱਟੀ ਛਿੱਟੀ ਕਿਧਰੇ ਰਹਿੰਦੀ ਹੋਵੇ ਉਹ ਵੀ ਨਿਕਲ ਜਾਵੇ। ਇਹ ਹੁਣ ਹਵਾ ਵੱਜ ਰਹੀ ਹੈ, ਚੈੱਕ ਕਰ, ਹਵਾ ਨਾਲ ਗੱਡੀ ਤੁਹਾਡੀ ਤੋਂ ਪਾਣੀ ਛਾਣੀ ਸਾਰਾ ਚੁੱਕ ਲੈਣਗੇ ਆਟੋਮੈਟਿਕ, ਐਂਡ ਤੁਹਾਡਾ ਪਾਣੀ ਸਾਰਾ ਗਾਇਬ ਹੋ ਗਿਆ। ਅੱਗੇ ਫਿਰ ਇਹ ਪੱਖੇ ਦੇ ਆ ਗਏ ਨੇ, ਲਾਈਕ ਇਹ ਕੱਪੜਾ ਸਪੰਜ ਟਾਈਪ ਹੁੰਦਾ ਵੇ ਜਿਹੜਾ ਰਹਿੰਦਾ ਖੁੰਦਾ ਪਾਣੀ ਦੇ ਡੋਟਸ ਵਗੈਰਾ ਜਾਂ ਤੁਹਾਡਾ ਕਿਧਰੇ ਨਿਸ਼ਾਨ ਵਗੈਰਾ ਨਾ ਪਵੇ। ਇਹ ਤੁਹਾਡਾ ਸਰਫ ਵਾਲਾ ਪਾਣੀ ਵੀ ਚੁੱਕ ਲਏਗਾ। ਉਸ ਤੋਂ ਬਾਅਦ ਜਨਾਬ ਤੁਹਾਡਾ ਐਂਡਿੰਗ ਪੋਜੀਸ਼ਨ 'ਤੇ ਗੇਟ ਓਪਨ ਹੋ ਜਾਏਗਾ। ਲਓ ਜਨਾਬ ਇਹ ਤੁਹਾਡਾ ਗੇਟ ਓਪਨ ਹੋ ਗਿਆ। ਹੁਣ ਤੁਸੀਂ ਜਾਓ ਦੂਸਰੀ ਟਨਲ ਦੇ ਵਿੱਚ, ਐਸੀ ਵਾਸ਼ ਅਤੇ ਇਹ ਸੈਕਸ਼ਨ ਹੈਗਾ ਵੈਕਿਊਮ ਵਾਲਾ। ਇਹਦੇ ਅੰਦਰ ਹੁਣ ਕੀ ਹੋਏਗਾ ਇਹ ਤੁਹਾਨੂੰ ਵਿਖਾਉਂਦੇ ਹਾਂ। ਸਭ ਤੋਂ ਪਹਿਲੇ ਤਾਂ ਜਨਾਬ ਪੂਰੀ ਟੀਮ ਤੁਹਾਨੂੰ ਵੈਲਕਮ ਕਰੇਗੀ, ਵੇਖ ਰਹੇ ਹੋ ਦੋ ਚਾਰ ਬੰਦੇ। ਇਹ ਮਤਲਬ 5 ਮਿੰਟ ਲੱਗੇ ਨੇ ਸਾਨੂੰ ਜਨਾਬ ਵਾਸ਼ ਹੋਣ 'ਤੇ। ਬੀਬੀ ਕਹਿ ਰਹੀ ਹੈ ਆਉਂਦੇ ਜਨਾਬ, ਸੱਜੇ ਖੱਬੇ ਜਿੰਨੀ ਟੀਮ ਹੈ ਸਾਰੀ ਗੱਡੀ ਨੂੰ ਸ਼ੁਰੂ ਹੋ ਜਾਏਗੀ। ਚਲੋ ਜਨਾਬ ਆ ਗੱਡੀ ਤੋਂ ਮੈਂ ਉਤਰ ਗਿਆ, ਇਹਨਾਂ ਨੇ ਕਿਹਾ ਜੀ ਸਵਿੱਚ ਆਫ ਕਰ ਦਿਓ ਅਤੇ ਤੁਸੀਂ ਬਾਹਰ ਆ ਜਾਓ। ਆਪਾਂ ਬਾਹਰ ਆ ਗਏ, ਇੱਕ ਬੰਦਾ ਵੇਖਦੇ ਕੋਈ ਮੈਟ ਕੱਢ ਕੇ ਲੈ ਗਿਆ, ਦੂਸਰਾ ਜਨਾਬ ਦਰਵਾਜ਼ਿਆਂ ਨੂੰ, ਤੀਸਰਾ ਜਨਾਬ ਪਿੱਛੋਂ ਟਾਇਰਾਂ ਨੂੰ ਚੈੱਕ ਕਰ ਰਿਹਾ। ਲਓ ਜੀ 25-30 ਮਿੰਟ ਹੋ ਗਏ ਨੇ, 5 ਮਿੰਟ ਤੋਂ ਬਾਅਦ ਹੁਣ ਵੈਕਿਊਮ ਸਿਸਟਮ ਸ਼ੁਰੂ ਹੋ ਗਿਆ। ਅਤੇ ਚੈੱਕ ਕਰੋ ਜਨਾਬ, ਪੂਰੀ ਟੀਮ ਹੁਣ ਜਿਹੜੇ ਨਾ ਗੱਡੀ ਨੂੰ ਬੜੀ ਇਮਾਨਦਾਰੀ ਨਾਲ ਸ਼ੁਰੂ ਹੋ ਜਾਏਗੀ। ਇਹ ਉਹਨਾਂ ਦਾ ਰਿਸੀਵਿੰਗ ਸ਼ੈਕਸ ਆ, ਇੱਧਰੋਂ ਅੰਦਰ ਆਓ ਅਤੇ ਇੱਧਰੋਂ ਜਨਾਬ ਤੁਸੀਂ ਬਾਹਰ ਜਾਓ। ਸੋ ਸਾਡੇ ਤੁਰ ਕੇ ਬਾਹਰ ਜਾਂਦੇ ਤਾਂ ਗੱਡੀ ਰੈਡੀ ਹੋ ਕੇ ਕਨਵੇਅਰ ਦੇ ਉੱਤੇ ਚੱਲ ਕੇ ਬਾਹਰ ਆ ਜਾਏਗੀ। ਇਹ ਵੇਖ ਲਓ ਇੱਕ ਬੱਤੀਆਂ ਅਤੇ ਗ੍ਰਿਲ ਸਾਫ ਕਰ ਰਿਹਾ ਮੁੰਡਾ, ਅਤੇ ਇੱਧਰੋਂ ਜਨਾਬ ਬਾਡੀ ਤੋਂ ਪਾਣੀ ਚੁੱਕ ਰਹੇ ਨੇ। ਉਹ ਪਿੱਛੇ ਵੈਕਿਊਮ ਅੰਦਰੋਂ ਸਾਰੀ ਗੱਡੀ ਨੂੰ ਵੈਕਿਊਮ, ਵੱਡੇ ਵੱਡੇ ਪੈਪ ਜਿਹੜੇ ਲਟਕ ਰਹੇ ਨੇ ਪਿੱਛੇ, ਇਹ ਵੈਕਿਊਮ ਸੈਕਸ਼ਨ ਦੇ ਪਾਈਪ ਨੇ। ਇੱਕ ਬੰਦਾ ਟਾਇਰ ਸਾਫ ਕਰ ਰਿਹਾ ਜੀ, ਇਹਦੇ ਕੋਲ ਸਿਰਫ ਸਪੈਸ਼ਲ ਟਾਇਰਾਂ ਦੀ ਡਿਊਟੀ ਹੈ, ਵੀਲ ਅੱਛੇ ਤਰੀਕੇ ਨਾਲ ਸਾਫ ਕਰਕੇ ਟਾਇਰਾਂ ਨੂੰ ਜਿਹੜਾ ਸ਼ਾਈਨਰ ਸ਼ੂਨਰ ਮਾਰ ਦਿੰਦੇ ਨੇ। ਪਿੱਛੇ ਜਨਾਬ ਇੱਕ ਹੋਰ ਗੱਡੀ ਆ ਗਈ ਹੈ, ਅਤੇ ਇਹ ਟਿਪ ਬੋਕਸ ਹੈ ਜਨਾਬ। ਇਹ ਜਨਾਬ ਬੜਾ ਆਪਣਾ ਸਾਹਮਣੇ ਡੱਬਾ ਜਿਹਾ ਮੈਟ ਸਾਫ ਕਰਦਾ ਜਨਾਬ, ਚੈੱਕ ਕਰੋ ਜਨਾਬ ਉਹਨਾਂ ਨੇ ਚਾਲ ਕਰ ਦਿੱਤੀ ਹੈ। 5 ਤੋਂ 8 ਟੋਟਲ 8 ਮਿੰਟ ਲੱਗੇ ਨੇ ਜਨਾਬ। ਥੈਂਕ ਯੂ ਮਾਈ ਡੀਅਰ।